ਤੈਨੂੰ ਖੜਾ ਥੱਲੋਂ ਕੱਟ ਦੂੰ ਜੇ ਆਇਆ ਉਹ ਦੱਸ ਕਿਹੜੀ ਕਰਦੀ ਸਲਾਹ ਗੋਰੀ ਐ ਹਾਂ ਕਰ ਲੈ ਲਵਾਂਗੇ ਲਾਵਾ ਗੋਰੀ ਐ ਚਿਰਾ ਬਾਤ ਕਾਢੇ ਜਾਨੀ ਯਾਰ 1 2 3 4 सत श्री अकाल जी, स्वागत है जी थोड़ा एक बार फिर तो अपने चैनल सिंह लाइफ स्टाइल न्यूजीलैंड के। अज तुसी टाइटल वेख के पढ़ी लिया होना कि अज आप जिहड़े आप पिछले भंगड़े पाए सी ते हुण जिहड़ा रीसेंटली भंगड़ा पाया लास्ट ब्लॉग विच तुसी देखिया भी होना साडियां तैयारियां किदां चलियां सी ते आपां किदां इत्थे भंगड़ा पा के गए सी पसीनो पसीनी हो गए। पिछलियां दो वीडियो ते हुण जिहड़ियां इक रीसेंटली आपां बनाई आ ओह तिन्ने वीडियो आप जब आपां तुहानूं दिखावांगे ते उहदे उत्ते तुहानूं दस्सांगे किदां किदां आपां बनाई सी किदां किदां नहीं। सो पहली आपां फस्ट वीडियो तो स्टार्ट करते हैं। सो जी पहली वीडियो आ 2019 में भेजी सी ना मैं। हाँ जी, जनवरी के 19 में स्टार्टिंग जो अपना फस्ट एनिवर्सरी थी साड़ी उदो भेजी सी इनू मैं। तो वो वीडियो जी मैं हुण तुहानूं जिहड़ी नैक्सट देखोगे तुसी वीडियो वो मैं जिदा बनाई सी जिम मैं फिनिश करके हटिया सी या उस वेले मैं ब्लॉगिंग भी एक्चुअली करता सी ते मैं सोचा कि यार ब्लॉगिंग करदा आ ते मैं इनू एक अपने वालों एक एनिवर्सरी गिफ्ट एक दे देवां कि एक वीडियो बना के भेज दिंदा। तो मैं कल्ला सी जिम जिद्दी मैं फिनिश करके हटिया सो मैं सोचा कि चलो वीडियो बनाने हैं जिदा के भी स्टैप आए मैं भेज दूँगा। उस ना कि दिलजीत का गाना आया सी दिल लोटू रहिंदा तेरे ते उसने बथेरा दुनिया दे विच दिल लोटू रहिंदा तेरे ते ओ मैनू गाना बहुत सोहना लग्या सी सो उहदे विच मैं भंगड़ा पा के भेजिया सी ते भंगड़े च गाना ਜਿਹੜੇ ਇਹਨਾਂ ਨੇ ਸਟੈਪ ਸੀ ਉਹ ਬੜੇ ਵਧੀਆ ਸੀ। ਮਤਲਬ ਮੈਨੂੰ ਨਾ ਇੱਦਾਂ ਫਸਟ ਟਾਈਮ ਮਤਲਬ ਪਹਿਲੀ ਵਾਰ ਦੇਖਿਆ ਕਿ ਇਹਨਾਂ ਨੇ ਮੈਨੂੰ ਭੰਗੜਾ ਪਾ ਕੇ ਭੇਜਿਆ। ਇੱਕ ਵਾਰ ਤੁਸੀਂ ਵਿਆਹ ਤੇ ਥੋੜਾ ਜਿਹਾ ਉਦਾਂ ਹੀ ਡਾਂਸ ਕੀਤਾ ਸੀ, ਉਹ ਤੋਂ ਬਾਅਦ ਰਿਸੈਪਸ਼ਨ ਤੇ ਮਾੜਾ ਮੋਟਾ ਤੇ ਪ੍ਰੈਕਟਿਸ ਵੀ ਨਹੀਂ ਉੱਥੇ ਵੀ ਨਹੀਂ ਕੀਤੀ ਸੀ ਤੇ ਇਹਨਾਂ ਨੇ ਭੰਗੜਾ ਪਾ ਕੇ ਭੇਜਿਆ। ਮੈਨੂੰ ਲੱਗਿਆ ਜਦੋਂ ਬੱਚਾ ਨੱਚ ਰਿਹਾ ਟੂ ਰਹਿੰਦਾ ਤੇ ਉਹ ਭੰਗੜਾ ਮੈਂ ਜਦੋਂ ਭੰਗੜਾ ਪਾਇਆ ਸੀ ਮੇਰੇ ਕੋਲ ਸਿਰਫ ਇੱਕੋ ਫੋਨ ਸੀ ਸੋ ਫੋਨ ਦੇ ਵਿੱਚ ਹੀ ਮੈਂ ਗਾਣਾ ਲਾ ਲਿਆ। ਯਾਨੀ ਕਿ ਮੈਂ ਰਿਕੋਰਡਿੰਗ ਜਦੋਂ ਇੱਕ ਜੇ ਫੋਨ ਦੇ ਉੱਤੇ ਗਾਣਾ ਲਾ ਲੈਂਦਾ ਤਾਂ ਰਿਕੋਰਡਿੰਗ ਨਹੀਂ ਹੋਣੀ ਸੀ ਨਾ, ਸੋ ਮੈਂ ਗੱਡੀ ਦੇ ਉੱਤੇ ਫੋਨ ਰੱਖ ਲਿਆ ਤੇ ਮੈਂ ਆਪਣੇ ਸਟੈਪ ਕੀਤੇ ਤੇ ਉਹਦੇ ਵਿੱਚ ਮਤਲਬ ਇਹਨਾਂ ਨੇ ਬਿਨਾਂ ਸੌਂਗ ਤੋਂ ਲਿਰਿਕਸ ਯਾਦ ਕਰ ਲਏ। ਲਿਰਿਕਸ ਯਾਦ ਕਿਉਂਕਿ ਹੈੱਡਫੋਨ ਹੁੰਦੇ ਲੱਗੇ ਹੋਏ ਜਿਮ ਦੇ ਵਿੱਚ ਨਾ ਮੈਂ ਸੁਣਦਾ ਰਹਿੰਦਾ ਸੀ ਗਾਣੇ ਨੂੰ, ਉਹ ਲਿਰਿਕਸ ਜਿੰਨੇ ਕੁ ਮੈਨੂੰ ਯਾਦ ਹੋਏ ਮੈਂ ਉਹਦੇ ਉੱਤੇ ਦੁਨੀਆ ਦੇ ਉੱਠੂ ਰਹਿੰਦਾ ਉਹ ਮੈਂ ਨਾਲ ਗਾਉਂਦਾ ਰਿਹਾ ਨਾਲ ਮੈਂ ਸਟੈਪ ਕਰਦਾ ਰਿਹਾ। ਗਾਣਾ ਕੋਈ ਨਹੀਂ ਵੱਜ ਰਿਹਾ ਸੀ, ਸਿਰਫ ਮੇਰੀ ਰਿਕੋਰਡਿੰਗ ਹੋ ਰਹੀ ਸੀ ਕਿਉਂਕਿ ਕੈਮਰਾ ਇੱਕੋ ਸੀ, ਮੇਰੇ ਕੋਲ ਕੋਈ ਮਿਊਜ਼ਿਕ ਲਈ ਕੋਈ ਸਪੀਕਰ ਸਪੂਕਰ ਵੀ ਹੈ ਨਹੀਂ ਸੀ ਪਰ ਫਿਰ ਵੀ ਬਹੁਤ ਸੋਹਣਾ। ਮੈਂ ਬਹੁਤ ਇੰਜੋਏ ਕੀਤਾ ਸੀ ਫਸਟ ਵੀਡੀਓ ਦੇਖ ਕੇ ਕਿਉਂਕਿ ਮੈਰਿਜ ਤੋਂ ਬਾਅਦ ਇਹਨਾਂ ਨੇ ਫਸਟ ਵੀਡੀਓ ਬੜੀ ਵਧੀਆ ਐਨੀਵਰਸਰੀ ਤੇ ਬਣਾ ਕੇ ਭੇਜੀ ਤੇ ਮੈਂ ਦੇਖੀ ਮੈਂ ਕਿਹਾ ਵਾਓ ਦੇਖੋ ਕੀ ਕਰਦੇ ਵੀ। ਚਲੋ ਜੀ ਹੁਣ ਐਕਸਪੈਕਟ ਨਹੀਂ ਕੀਤਾ ਸੀਗਾ ਉਹ ਇੱਕਦਮ ਦਾ ਗਿਫਟ ਮਿਲਿਆ, ਬਹੁਤ ਅੱਛਾ ਗਿਫਟ ਮਿਲਿਆ, ਤੁਸੀਂ ਵੀ ਦੇਖੋ। ਹਾਂਜੀ ਚਲੋ ਹੁਣ ਤੁਸੀਂ ਦੇਖੋ ਵੀਡੀਓ ਇੰਜੋਏ ਕਰੋ। ਸਟਰਾਬਰੀ ਜਾ ਰੰਗਾ ਪਾ ਕੇ ਸੂਟ ਚੜਦੀ ਮੈਂ ਲੰਘਦਾ ਗਲੀ ਚ ਉਬਨੇਰੇ ਖੜਦੀ ਸਟਰਾਬਰੀ ਜਾ ਰੰਗਾ ਪਾ ਕੇ ਸੂਟ ਚੜਦੀ ਮੈਂ ਲੰਘਦਾ ਗਲੀ ਚ ਉਬਨੇਰੇ ਖੜਦੀ ਭੇਜਦੀ ਫਰੈਸ਼ ਫੋਟੋ ਨੰਬਰ ਮੇਰੇ ਤੇ ਭਾਵੇਂ ਹੁਸਨ ਬਥੇਰਾ ਦੁਨੀਆ ਤੇਰੀ ਦਿਲ ਲੋਟੂ ਰਹਿੰਦਾ ਤੇਰੇ ਤੇ ਹੁਸਨ ਬਥੇਰਾ ਦੁਨੀਆ ਤੇਰੀ ਦਿਲ ਲੋਟੂ ਰਹਿੰਦਾ ਤੇਰੇ ਤੇ ਹੁਸਨ ਬਥੇਰਾ ਦੁਨੀਆ ਤੇਰੀ ਦਿਲ ਲੋਟੂ ਰਹਿੰਦਾ ਤੇਰੇ ਤੇ ਭਾਵੇਂ ਹੁਸਨ ਬਥੇਰਾ ਦੁਨੀਆ ਤੇਰੀ। ਹੁਣ ਆਉਂਦੇ ਜੀ ਸੈਕਿੰਡ ਵੀਡੀਓ ਵਿੱਚ। ਹੁਣ ਫਸਟ ਵੀਡੀਓ 'ਚ ਜਿੱਦਾਂ ਬੰਦਾ ਪਰਫੋਰਮੈਂਸ ਦੇਣ ਦਾ ਅਤੇ ਬੰਦਾ ਦੂਜੀ ਵੀਡੀਓ 'ਚ ਚਾਹੁੰਦਾ ਆ, ਦੂਜੀ ਐਨੀਵਰਸਰੀ ਆਈ ਮੇਰੇ ਦਿਮਾਗ ਵਿੱਚ ਪਹਿਲੀ ਚੱਲਣ ਲੱਗ ਪਿਆ ਕਿ ਯਾਰ ਹੁਣ ਮੈਂ ਇਸ ਵਾਰ ਨਾ ਪਿਛਲੀ ਵਾਰ ਬਿਨਾਂ ਤਿਆਰੀ ਤੋਂ ਮੈਂ ਆਪਣੇ ਵੀਡੀਓ ਭੇਜੀ ਅਤੇ ਇਸ ਵਾਰ ਮੈਂ ਥੋੜ੍ਹੀ ਜਿਹੀ ਤਿਆਰੀ ਕਰਕੇ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਵੀਡੀਓ ਭੇਜਾਂਗਾ, ਸੋ ਨਾਲੇ ਸੌਂਗਸ ਵੀ ਪੂਰੇ ਲਾਵਾਂਗਾ ਨਾ, ਹੈ ਨਾ। ਅਤੇ ਫਿਰ ਮੈਂ ਜਿਮ ਦੇ ਵਿੱਚ ਦੋ ਐਟਲੀਸਟ ਕਮ ਸੇ ਕਮ ਇੱਕ ਮਹੀਨਾ ਪ੍ਰੈਕਟਿਸ ਕੀਤੀ। ਮੇਰਾ ਯਾਰ ਦੋਸਤ ਹੈ ਇੱਥੇ, ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਹੋਣਾ ਸ਼ਵੀ, ਉਹਨੇ ਮੈਨੂੰ ਸਟੈਪਸ ਡਾਊਨ ਸਟੈਪਸ ਸਿਖਾਏ ਵੀ ਕਿੱਦਾਂ ਕਿੱਦਾਂ ਕਰੀਦੇ ਆ। ਸੋ ਮੈਂ ਨਾਲ ਨਾਲ ਜਿੰਮ ਕਰੀ ਜਾਣਾ, ਜਿਹੜਾ ਮੇਰਾ ਜਿੱਦਾਂ 30 ਸੈਕਿੰਡ ਦੀ ਬ੍ਰੇਕ ਲੈਣੀ ਤਾਂ ਇੱਕ ਸੈੱਟ ਲਾ ਕੇ ਨਾਲ ਜਿਹੜਾ 30 ਸੈਕਿੰਡ ਦੀ ਉਹਦੇ ਵਿੱਚ ਮੈਂ ਵਾਰਮ ਅਪ ਸੈੱਟ ਜਿਹੜਾ ਮੇਰਾ ਹੁੰਦਾ ਸੀ ਉਹ ਮੇਰਾ ਭੰਗੜੇ ਦਾ ਹੁੰਦਾ ਸੀ, ਯਾਨੀ ਕਿ ਨਾਲ ਮੈਂ ਸਟੈਪ ਸਿੱਖੀ ਜਾਣਾ ਉੱਥੇ ਗਾਣਿਆਂ ਦੇ ਵਿੱਚ ਅਤੇ ਦੋ ਤਿੰਨ ਗਾਣੇ ਸਿਲੈਕਟ ਕੀਤੇ ਸੀ ਅਤੇ ਉਹਦੇ ਵਿੱਚ ਮੈਂ ਨਾਲ ਨਾਲ ਭੰਗੜਾ ਪਾਈ ਜਾਣਾ ਇੱਕ ਇੱਕ ਸਟੈਪ ਦੇ ਨਾਲ।
ਸੋ ਉਹ ਉਹ ਵੀਡੀਓ ਦੇ ਲਈ ਮੈਂ ਤਿਆਰੀ ਬਹੁਤ ਕੀਤੀ ਸੀ ਮੈਂ ਮਹੀਨਾ ਮੇਰੀਆਂ ਪਿੰਨੀਆਂ ਥੱਕ ਜਾਣੀਆਂ ਪੂਰੀਆਂ ਮੈਂ ਡੇਢ ਡੇਢ ਦੋ ਦੋ ਘੰਟੇ ਉੱਥੇ ਲੱਗਾ ਰਹਿਣਾ ਨਾਲੇ ਜਿੰਮ ਕਰਨ ਨਾਲੇ ਮੈਂ ਭੰਗੜਾ ਪਾਉਣ ਸੋ ਮੈਂ ਸੋਚਿਆ ਕਿ ਨਹੀਂ ਯਾਰ ਇਹ ਵੀਡੀਓ 'ਚ ਐਨ ਮੈਂ ਵਧੀਆ ਤਰੀਕੇ ਨਾਲ ਭੰਗੜਾ ਪਾਉਣਾ ਥੋੜ੍ਹੀ ਤਿਆਰੀ ਕਰਕੇ ਹਾਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪਰ ਉਹ ਵੀ ਚਲੋ ਠੀਕ ਆ ਵਧੀਆ ਹੋਇਆ ਇੰਨਾ ਵੀ ਕੋਈ ਪ੍ਰੋਫੈਸ਼ਨਲ ਨਹੀਂ ਸੀ ਠੀਕ ਸੀ ਮਤਲਬ ਕਿ ਮੈਂ ਆਪਣੇ ਵੱਲੋਂ ਪੂਰਾ ਫੁੱਲ ਐਫਰਟ ਦਿੱਤਾ ਸੀ ਉਸ ਵੀਡੀਓ 'ਚ ਪਹਿਲੇ ਨਾਲੋਂ ਬਹੁਤ ਜ਼ਿਆਦਾ ਵਧੀਆ ਕਹਿੰਦੇ ਹੁੰਦੇ ਨਾ ਜਦੋਂ ਪਹਿਲੀ ਵਾਰ ਆਡੀਅੰਸ ਦੇਖਦੀ ਆ ਤਾਂ ਬੋਲਦੇ ਆ ਕਿ ਹਾਂ ਓਕੇ ਠੀਕ ਆ ਦੂਸਰੀ ਵਾਰ ਬੰਦਾ ਤਿਆਰੀ ਕਰਕੇ ਆਉਂਦਾ ਮਤਲਬ ਦੂਜੀ ਵਾਰ ਫੱਟ ਚੱਕਦੇ ਤੇ ਇਹਨਾਂ ਨੇ ਕੁੜਤਾ ਪਜਾਮਾ ਕੁੜਤਾ ਨਾਲ ਚਾਦਰਾ ਚਾਦਰਾ ਲਾਇਆ ਸੀ ਮੈਂ ਉਹ ਵੀਡੀਓ ਵਿੱਚ ਇੰਨਾ ਇੱਕ ਉਹ ਵੀ ਚਾਦਰਾ ਜਿਹੜਾ ਸੀ ਨਾ ਮੈਂ ਲਾਇਆ ਹੋਇਆ ਉਹ ਇੰਨਾ ਚਾਦਰਾ ਕਿਉਂਕਿ ਨਿਊਜ਼ੀਲੈਂਡ ਵਿੱਚ ਤੁਹਾਨੂੰ ਪਤਾ ਹਵਾ ਬਹੁਤ ਚੱਲਦੀ ਇੱਕਦਮ ਮੈਂ ਚੱਲ ਗਿਆ ਉਹ ਹਿੱਲ ਏਰੀਏ ਵਿੱਚ ਯਾਨੀ ਕਿ ਪਹਾੜ ਜੇ ਯਾਨੀ ਕਿ ਜਿੱਦਾਂ ਤੁਹਾਨੂੰ ਬੈਠੇ ਹੋਏ ਨਾ ਬਹੁਤ ਉੱਚੀ ਹਿੱਲ ਹਵਾ ਇੰਨੀ ਚੱਲਦੀ ਆ ਉੱਥੇ ਤੇ ਚਾਦਰਾ ਮੇਰਾ ਇੱਦਾਂ ਉੜੇ ਕਿ ਮੇਰਾ ਥੱਲੇ ਦਾ ਕੱਛਾ ਵੀ ਦਿਖੇ ਤੇ ਮੈਂ ਸੀਨ ਕੱਟੇ ਹੋ ਤੇ ਉਹ ਇੰਨਾ ਮੈਨੂੰ ਵੀ ਲੱਗੇ ਕਿ ਯਾਰ ਮੈਂ ਕੀ ਚਾਦਰਾ ਉੜੀ ਜਾਂਦਾ ਯਾਰ ਕੀ ਕਰੀਏ ਹੁਣ ਮੈਂ ਫਿਰ ਕੋਈ ਗੱਲ ਨਹੀਂ ਕੋਈ ਜਿੱਦਾਂ ਵੀ ਹੁੰਦਾ ਪਾ ਲਿਆ ਤੁਸੀਂ ਵੀ ਦੇਖਿਓ ਵੀਡੀਓ ਵਿੱਚ ਹੁਣ ਤੁਹਾਨੂੰ ਆਪਾਂ ਦੂਜੀ ਵੀਡੀਓ ਦਿਖਾਉਂਦੇ ਹਾਂ ਉਸ ਦੂਜੀ ਵੀਡੀਓ ਵਿੱਚ ਦੇਖੋ ਮੇਰਾ ਕਿੱਦਾਂ ਚਾਦਰਾ ਉੜਦਾ ਹਵਾ ਕਿੰਨੀ ਚੱਲਦੀ ਆ ਪਰ ਯਾਰ ਪਰਫੋਰਮੈਂਸ ਉਹਦੇ ਵਿੱਚ ਮੈਂ ਆਪਣਾ ਪੂਰਾ 100% ਦਿੱਤਾ ਸੀ ਮੈਂ ਬਹੁਤ ਮਿਹਨਤ ਕੀਤੀ ਸੀ ਉਸ ਵੀਡੀਓ ਨੇ ਚਲੋ ਜੀ ਦੂਜੀ ਵੀਡੀਓ ਸਟਾਰਟ ਕਰਦੇ ਹਾਂ ਸਮਾਨ ਹੋ ਗਿਆ ਓ ਅੱਜ ਕਿੱਥੇ ਰੱਬ ਮਿਹਰਬਾਨ ਹੋ ਗਿਆ ਮੂਹਰੇ ਖੜਾ ਕੱਚ ਦਾ ਸਮਾਨ ਹੋ ਗਿਆ ਮਸਾ ਮਸਾ ਕੱਲੀ ਟੱਕਰੀ ਨੀ ਤੇਰੀ ਦੇਖ ਕਿੰਨੀ ਖਿੱਚ ਕਰਦੇ ਛੱਡਿਆ
सारी दुनिया ने दिलों कटिया सी मैं नी तेरे जोगा रब ने ता छड़िया सी मैं सिंगल सी मैं तू भी कली मिल गई सिंगल सी मैं तू भी कली मिल गई चला दिया 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 मैं तू भी कली मिल गई सियाणिया नू रड़कू कमलिया दा कमला प्यार नी मैं तां धरती नू पैरां थलों कट दूं जे आया कोई साडे विच कार नी जे आया कोई साडे विच कार नी फैमिली दी करके तसल्ली मिल गई फैमिली दी करके तसल्ली मिल गई चला गया मैं तू भी चली मिल गई चला गया मैं तू भी चली मिल गई चला गया मैं ਹਾਂਜੀ ਜੀ ਤੁਸੀਂ ਸੈਕੰਡ ਵੀਡੀਓ ਦੇਖ ਲਈ ਆ ਹੁਣ ਵੀਡੀਓ ਨੰਬਰ 3 ਹੁਣ ਵੀਡੀਓ ਨੰਬਰ 3 ਦੇ ਵਿੱਚ ਆਪਾਂ ਥੋੜੇ ਜਿਹਾ ਕਿਉਂਕਿ ਹੁਣ ਇਹ ਵੀ ਕੰਮ ਤੇ ਜਾਂਦੀ ਹੈ ਤੇ ਮੈਂ ਵੀ ਕੰਮ ਤੇ ਜਾਂਦਾ ਸਾਡਾ ਕੋਈ ਟਾਈਮ ਨਾ ਮੈਚ ਨਹੀਂ ਕਰ ਰਿਹਾ ਸੀ ਨਹੀਂ ਪਹਿਲਾਂ ਮੈਂ ਇਹ ਦੱਸਦੀ ਹਾਂ ਕਿ ਉਹ ਵੀਡੀਓ ਬਣਾਈ ਕਿਉਂ ਇਹ ਬਣਾਈ ਇਸ ਲਈ ਕਿਉਂਕਿ ਪਿਛਲੇ 2 ਸਾਲਾਂ ਤੋਂ ਇਹ ਮੈਨੂੰ ਵਧੀਆ ਵਧੀਆ ਵੀਡੀਓ ਦਿਖਾ ਰਹੇ ਸੀ ਤੇ ਇਸ ਵਾਰ ਅਸੀਂ ਸੋਚਿਆ ਕਿ ਇਸ ਵਾਰ ਤਾਂ ਯਾਰ ਅਸੀਂ ਇਕੱਠੇ ਵੀ ਹਾਂ ਕਿਉਂ ਨਾ ਇਸ ਵਾਰੀ ਵੀਡੀਓ ਬਣਾਈ ਜਾਵੇ ਮਤਲਬ 1 ਮਹੀਨਾ ਪਹਿਲਾਂ ਸੋਚਿਆ ਸੀ ਲੇਕਿਨ ਸਾਨੂੰ ਟਾਈਮ ਨਹੀਂ ਮਿਲਿਆ ਦੋਨਾਂ ਨੂੰ ਮਤਲਬ ਉਹੀ ਕਿ ਸਾਡੇ ਕੋਲ ਫਿਰ ਤੋਂ ਕੋਈ ਰਿਹਰਸਲ ਨਹੀਂ ਹੋਈ ਤੇ ਨਾ ਆਪਾਂ ਸੋਚਿਆ ਹੋਇਆ ਸੀ ਵੀ ਆਪਾਂ ਪੂਰਾ ਸਟੈਪਸ ਟੂ ਮੈਚ ਕਰਾਂਗੇ ਪਰ ਕੋਈ ਕੋਈ ਆਪਣਾ ਸਾਡੀ ਪ੍ਰੈਕਟਿਸ ਨਹੀਂ ਹੋਈ ਕਿਉਂਕਿ ਟਾਈਮਿੰਗ ਲੱਗ ਗਿਆ ਸਾਡੀ ਦੋਨਾਂ ਦੀ ਜੋਬਾਂ ਦੀ ਮੈਂ ਇਹਨੂੰ ਕਿਹਾ ਵੀ ਚੱਲ ਛੱਡ ਯਾਰ ਕੀ ਕਰਨਾ ਪਰ ਇਹ ਕਹਿੰਦੀ ਕਿ ਨਹੀਂ ਚਲ ਜ਼ਿਆਦਾ ਨਹੀਂ ਸੀ ਆਪਾਂ ਥੋੜ੍ਹਾ ਜਿਹਾ ਕਰ ਦਿੰਦੇ ਹਾਂ ਹਾਂ ਇੱਕ ਫਨ ਦੇ ਲਈ ਆਪਣੇ ਇੰਜੋਇਮੈਂਟ ਦੇ ਲਈ ਕਰ ਲੈਂਦੇ ਹਾਂ ਮੈਂ ਚੱਲ ਠੀਕ ਆ ਸੋ ਆਪਾਂ ਉਹ ਵੀ ਜਿਹੜੀ ਚੀਜ਼ ਆ ਉਹ ਇੱਕ ਦਿਨ ਪਹਿਲਾਂ ਹੀ ਇਹਨੇ ਇੱਕ ਦਿਨ ਜਦੋਂ ਇਹਨੂੰ ਛੁੱਟੀ ਸੀ ਉਦੋਂ ਆਪਾਂ ਆਏ ਇੱਥੇ ਤੇ ਆਪਾਂ ਇੱਕ ਆਪਣਾ ਪ੍ਰੈਕਟਿਸ ਕੀਤੀ ਤੇ ਉਹ ਪ੍ਰੈਕਟਿਸ ਇਹਨੇ ਸਾਰੇ ਜਿਹੜੇ ਭੰਗੜੇ ਕੋਰੀਓਗ੍ਰਾਫੀ ਆ ਉਹ ਇਹਦੀ ਆ ਮੇਰਾ ਉਹਦੇ ਵਿੱਚ ਕੋਈ ਨਹੀਂ ਹੈਗਾ ਸੋ ਇਹਨੇ ਸੁਣਿਆ ਇਹ ਨਾਲੇ ਕਹਿੰਦੀ ਕਿ ਸਟੈਪ ਨਾ ਜਿਹੜੇ ਆਪਾਂ ਉਹ ਇੱਕੋ ਵਾਰ 'ਚ ਹੀ ਕਰਨੇ ਆ ਮੈਂ ਕਿਹਾ ਚੱਲ ਠੀਕ ਆ ਹੁਣ ਮੇਰਾ ਮੈਂ ਕਿਹਾ ਰੀਟੇਕ ਨਹੀਂ ਲੈਣਾ ਜਾਂ ਕੱਟ ਕੱਟ ਕੇ ਨਹੀਂ ਪਾਣੇ ਇੱਕੋ ਵਾਰ 'ਚ ਕੰਪਲੀਟ ਸਟੈਪ ਕਰਨੇ ਇਹ ਹੁਣ ਪਿਛਲੀ ਵਾਰ ਜਦੋਂ ਮੈਂ ਥੋੜਾ ਜਿਹਾ ਪਤਲਾ ਸੀ ਤੇ ਮੈਂ ਈਜ਼ੀਲੀ ਸਟੈਪ ਕਰ ਵੀ ਲਏ ਹੁਣ ਥੋੜਾ ਜਿਹਾ ਬਲਕੀ ਹੋ ਗਿਆ ਆ ਖਾ ਪੀ ਕੇ ਤੇ ਹੁਣ ਥੋੜਾ weight ਵੀ ਥੋੜਾ gain ਕਰ ਲਿਆ ਆ ਸੋ ਫਿਰ ਭੰਗੜੇ ਦੇ ਸਟੈਪ ਉਹਨੇ ਹੋਏ ਵੀ ਨਹੀਂ ਹੈਗੇ ਸਿੱਧੇ ਜਿਹਾ ਤੁਹਾਨੂੰ ਦੱਸ ਦਵਾਂ ਤੁਸੀਂ ਨਹੀਂ ਪਰ ਵਧੀਆ ਹੋਏ ਵੀਡੀਓ ਦੇਖ ਲੈਣੇ ਦੂਜੇ ਨੰਬਰ ਵਾਲੀ ਵੀਡੀਓ ਸਭ ਤੋਂ ਸੋਹਣੀ ਹੈ ਮੈਨੂੰ ਸਭ ਤੋਂ ਜ਼ਿਆਦਾ ਮੇਰੀ ਫੇਵਰੇਟ ਆ ਉਹ ਹਾਂ ਉਹ ਚ ਮੈਂ ਐਫਰਟ ਵੀ ਬਹੁਤ ਲਾਇਆ ਸੀ ਮੈਨੂੰ ਵੀ ਉਹੀ ਪਰਸਨਲੀ ਵਧੀਆ ਲੱਗਦੀ ਹੈ ਤੇ 3rd ਨੰਬਰ ਵਾਲੀ ਹੁਣ ਦੇਖਦੇ ਆ ਉਹ ਵੀ ਬਹੁਤ ਸੋਹਣੀ ਹੈ ਕਿਉਂਕਿ ਇਹ ਮੇਰੇ ਨਾਲ ਆ ਤੇ ਅਸੀਂ ਦੋਨੇ ਜਣੇ ਪਰਫਾਰਮ ਕਰ ਰਹੇ ਆ ਹੁਣ ਬਹੁਤਾ ਟਾਈਮ ਵੇਸਟ ਨਾ ਕਰਦੇ ਹੋਏ ਤੀਜੀ ਵੀਡੀਓ ਵੇਖੋ ਸੋ ਇਹ ਰਹੀ ਜੀ ਤੁਹਾਡੇ ਲਈ ਤੀਜੀ ਵੀਡੀਓ ਹੁਣ ਦੀ ਚੱਲਦੀ ਸਾਡੀ ਹਾਏ ਦਿਲ ਮਾੜੇ ਦੀ ਚੱਕੀ ਫਿਰੇ ਲਿਆਕਤ ਕੁੜੀਏ ਸ਼ਹਿਰ ਪਟਿਆਲੇ ਦੀ ਉਹ ਦੱਸ ਕਿਹੜੀ ਕਰਦੀ ਸਲਾਹ ਗੋਰੀਏ ਹਾਂ ਕਰ ਲੈ ਲਵਾਂ ਗਿਲਾਵਾਂ ਗੋਰੀਏ ਉਹ ਰੱਜ ਕੇ ਸੁਨੱਖਾ ਮੁੰਡਾ ਜੱਟਾਂ ਦਾ ਰਕੰਨ ਥੱਲੇ ਕੁੜਤਾ ਪਜਾਮਾ ਉੱਤੇ ਲੋਈ ਜੱਟੀ ਐਣੀ ਹੈਣੀ ਮੁੰਡੇ ਵਿੱਚ ਹੈਣੀ ਮੁੰਡੇ ਵਿੱਚ ਕਮੀ ਪੇਸ਼ੀ ਕੋਈ ਜੱਟੀ ਐਣੀ ਹੈਣੀ ਮੁੰਡੇ ਵਿੱਚ ਹੈਣੀ ਮੁੰਡੇ ਵਿੱਚ ਕਮੀ ਪੇਸ਼ੀ ਕੋਈ ਜੱਟੀ ਐਣੀ ਹੈਣੀ ਮੁੰਡੇ ਵਿੱਚ ਉਹ ਜੋੜੀ ਜੱਟ ਜੁਗੀ ਨਾਲ ਤਾਂ ਖਲੋਈ ਜੱਟੀ ਐ ਨਹੀਂ ਹੈਣੀ ਮੁੰਡੇ ਵਿੱਚ ਹੈਣੀ ਮੁੰਡੇ ਵਿੱਚ ਕਮੀ ਪੇਸ਼ੀ ਕੋਈ ਜੱਟੀ ਐ ਨਹੀਂ ਹੈਣੀ ਮੁੰਡੇ ਵਿੱਚ ਚਲੋ ਠੀਕ ਹੈ ਜੀ ਤੁਸੀਂ ਤਿੰਨੇ ਵੀਡੀਓ ਵੇਖ ਲਈਆਂ ਇੰਜੋਇਮੈਂਟ ਕੀਤੀ ਆ ਥੋੜਾ ਫਨੀ ਵੀ ਸੀ ਥੋੜਾ ਚੰਗਾ ਵੀ ਸੀ ਆਪਣਾ ਕੋਈ ਪ੍ਰੋਫੈਸ਼ਨਲ ਤਾਂ ਹੈ ਨਹੀਂ ਕਿ ਆਪਣੇ ਸਾਡੇ ਸਾਹਮਣੇ ਪਰ ਇਹ ਜ਼ਰੂਰ ਦੱਸਿਓ ਕਿ ਤਿੰਨਾਂ ਵੀਡੀਓ ਵਿੱਚ ਸਭ ਤੋਂ ਬੈਸਟ ਵੀਡੀਓ ਕਿਹੜੀ ਸੀਗੀ ਤੇ ਸਾਡੇ ਭੰਗੜਾ ਸਟੈਪ ਕਿੱਦਾਂ ਸੀਗੇ ਮਤਲਬ 3rd ਵੀਡੀਓ ਵਿੱਚ ਆਪਾਂ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ ਕੋਈ ਭੰਗੜਾ ਸਟੈਪ ਜਿਹੜੇ ਮੈਚ ਕਰਦੇ ਆ ਆਪਾਂ ਇੱਕ ਫਨ ਵੇ ਦੇ ਨਾਲ ਆਪਾਂ ਇੰਜੋਇਮੈਂਟ ਦੇ ਲਈ ਆਪਣਾ ਭੰਗੜਾ ਭੋੜਾ ਕੀਤਾ ਆ ਸੋ ਗਲਤੀਆਂ ਮਲਤੀਆਂ ਮਾਫ ਕਰਿਓ ਚਲੋ ਠੀਕ ਹੈ ਜੀ ਵੀਡੀਓ ਲੰਬੀ ਹੁੰਦੀ ਜਾ ਰਹੀ ਆ ਸੋ ਅੱਜ ਇੱਥੇ ਹੀ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਚੰਗਾ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ